ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰੀਕ ਸਿੰਘ, ਜ਼ਿਲ੍ਹਾ ਗੁਰਦਾਸਪੁਰ ਤੋਂ। ਅਸੀਂ ਤੁਹਾਡੇ ਲਈ ਕਲਾ ਰੂਪੀ ਰਚਨਾ ਜੋ ਕਿ ਧਾਰਮਿਕਤਾ ਨਾਲ ਸੰਬੰਧਿਤ ਹੈ। ਇਹ ਪਿਕਚਰ ਵਿੱਚ ਮੰਦਿਰ ਅਤੇ ਇੱਕ ਮਕਾਰ ਬਣਾਇਆ ਗਿਆ ਹੈ ਜੋ ਕਿ ਦੋਨੋਂ ਫਿਲਮਾਂ ਦੇ ਵਿੱਚ ਫਿੱਟ ਕੀਤੇ ਗਏ ਹਨ। ਦੇਖਣ ਨੂੰ ਭਾਵੇਂ ਆਮ ਲੱਗਦੀ ਹੋਵੇ ਪਰ ਇਸ ਨੂੰ ਅਜਿਹੀ ਤਰਤੀਬ ਨਾਲ ਬਣਾਇਆ ਗਿਆ ਹੈ ਜੋ ਕਿ ਅਲੱਗ ਹੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਇਸ ਤਰੀਕੇ ਦੀ ਆਕ੍ਰਿਤੀ ਨਹੀਂ ਬਣੀ ਹੈ। ਇਹ ਆਪਣੀ ਅੰਤਰ ਕਲਾ ਹੈ ਜੋ ਕਿ ਮਨ ਵਿੱਚੋਂ ਆਈ ਅਤੇ ਕੁਝ ਦਿਨਾਂ ਬਾਅਦ ਇਸ ਦਾ ਨਿਰਮਾਣ ਕੀਤਾ ਗਿਆ। ਇਹ ਰਚਨਾ 2007 ਨੂੰ ਤਿਆਰ ਕੀਤੀ ਗਈ ਜੋ ਇਸ ਕਲਾ ਨੂੰ ਧਿਆਨ ਨਾਲ ਦੇਖੋ ਜਿਹੜਾ ਇਸ ਕਲਾ ਨੂੰ ਧਿਆਨ ਨਾਲ ਦੇਖੋ ਕੁਝ ਅਲੱਗ ਹੀ ਹੈ ਜੋ ਇਸ ਕਲਾ ਦੇ ਅੰਦਰ ਹੈ। ਅੱਛਾ ਦੋਸਤੋ, ਵੀਡੀਓ ਦੇਖਦੇ ਰਹੋ, ਤਦ ਤੱਕ ਲੈਣਾ ਮੈਂ ਇਜਾਜ਼ਤ। ਸਤਿ ਸ਼੍ਰੀ ਅਕਾਲ ਦੋਸਤੋ।